ਚੌੜਾ ਹੋ ਕੇ ਖੜਾ ਇਹਦੇ ਨੇੜੇ ਆ ਕਿੰਨੇ ਬੱਚੇ ਸਕੂਲ ਦੇ ਵਿੱਚ? ਸਿਰਫ 107 ਬੱਚੇ। ਗਰੀਬ ਦੇ ਜਵਾਕ ਕਿੱਥੇ ਜਾਣਗੇ? ਦੱਸ ਤੈਨੂੰ ਕੋਈ ਸ਼ਰਮ ਨਾਮ ਦੀ ਚੀਜ਼ ਹੈ? 25,000 ਚ ਢਿੱਡ ਨੀ ਭਰਦਾ। ਖੈਰ ਜਾ ਕਮਰਾ ਨੰਬਰ ਕੱਟ ਕਿੱਥੇ ਆ? ਲਿਆਓ ਸਾਰੇ ਇਹਨੂੰ ਅੰਦਰ ਲੈ ਕੇ ਚੱਲੋ ਮਾੜਾ ਜਿਹਾ, ਇਹਨੂੰ ਅੰਦਰ ਠੀਕ ਆ। ਉਹ ਕਿੱਥੇ ਆ? ਲਿਆਓ ਨੋਟਾਂ ਵਾਲੇ ਨੰਬਰ ਲਿਆਓ। ਵੇਖੋ ਅੰਦਰ ਲੈ ਜਾਈਏ, ਇਹਨੂੰ ਸਕੂਲ ਅੰਦਰ ਲੈ ਕੇ ਚੱਲੋ ਸਾਰੇ। ਇਹਨੂੰ ਸਕੂਲ ਅੰਦਰ ਲੈ ਕੇ ਚੱਲੋ। ਸੋਰੀ ਬਾਅਦ ਵੀ ਨਾਮ ਦੱਸ ਕੀ ਆ ਤੇਰਾ? ਅਮਿਤ। ਕੀ ਆ ਇੱਥੇ ਡਾਟਾ ਐਂਟਰੀ? 70,000 ਰੁਪਇਆ ਕਿਹਦੇ ਕਿਹਦੇ ਲਈ ਲਿਆ? ਦੂਜਾ ਨੰਬਰ ਨੋਟ ਕਰਾ ਚੱਲ। 827 804 ਚੱਲ ਚੱਲ ਕੇ ਚਾਲੀ ਕਰਾ ਸਾਰੇ। 804 39 344 573 546 511 112 554 199 367 919 912 945 ਤੋਂ ਅੱਗੇ 918 ਅੱਗੇ ਚੱਲ 609 845 927 ਅੱਗੇ ਚੱਲ 635 ਕੁਛ ਨਹੀਂ ਪੈਸੇ ਲੈਂਦਾ ਬੁਲਾ ਗਿਆ। ਹਾਂ ਅੱਗੇ ਬੋਲ। ਕਿੰਨੇ ਹੋ ਗਏ? 37 ਕਿੰਨੇ ਹੋ ਗਏ? 70,000 ਕਿਹੜੇ ਅਫਸਰ ਲਈ ਰਹੇ ਆ? ਬੋਲ ਬੋਲ ਜਲਦੀ ਕਰ। ਮੈਂ ਕਿਹਾ ਤੈਨੂੰ ਮਾਫ਼ੀ ਮਿਲ ਜੂ। ਕਿਹੜੇ ਅਫਸਰ ਲਈ ਰਹੇ ਆ? ਕੀ ਨਾਂ ਉਹਦਾ? ਦੂਸਰਾ ਨਾਲ ਕੌਣ ਆ? ਕੀ ਨਾਂ ਉਹਦਾ? ਹਰਵਿੰਦਰ ਸਿੰਘ। ਉਹ ਕਿੱਥੇ ਬੈਠਦਾ? ਇੱਥੇ ਬੈਠਦੇ ਆ ਸਰ। ਕਿੰਨੇ ਦਿਨ ਹੋ ਗਏ ਸੀ ਇਹ ਬੰਦੇ ਨੂੰ ਪਰੇਸ਼ਾਨ ਕਰਦੇ ਆ? ਕਿੰਨੇ ਦਿਨ ਹੋ ਗਏ ਇਹਨੂੰ ਪਰੇਸ਼ਾਨ ਕਰਦੇ ਆ? ਕਿੰਨੇ ਜਵਾਬ? ਸਿਰਫ 107। ਉਹਦੇ ਚੋਂ ਵੀ 20 ਬੱਚਿਆਂ ਦੀ ਫੀਸ ਮਾਫ਼। ਚੱਲ ਅੰਦਰ ਆ, ਚੱਲ ਅੰਦਰ ਲੈ ਕੇ ਚੱਲੋ ਸਰ। ਸਕੂਲ ਦੇ ਹੈਗਾ ਹਲੇ? ਨਹੀਂ ਹੈਗਾ ਸਰ, ਅੰਦਰ ਹੀ ਅੰਦਰ ਹੀ ਆ ਸਾਰੇ। ਮੈਂ ਇੱਥੇ ਆ ਵੀਰ ਜੀ, ਕੋਈ ਨਹੀਂ ਇੱਥੇ ਹੀ ਆ ਸਰ। ਮੈਂ ਇੱਥੇ ਹੀ ਆ। ਸਕੂਲ 'ਚ ਕੌਣ ਹੈਗਾ? ਹਜ਼ਾਰ
ਮੈਂ ਕਿਹਾ ਮੈਂ ਸਾਰਿਆਂ ਨੂੰ ਇਕੱਠੇ ਕਰੂੰਗਾ, ਡੀ ਸੀ ਆਫਿਸ ਵਾਲੇ ਨੂੰ ਵੀ, ਡੀ ਓ ਨੂੰ ਵੀ, ਐੱਲ ਏ ਨੂੰ ਵੀ, ਪ੍ਰਿੰਸੀਪਲ ਜੀ ਦੇ ਸ਼ਦਰ ਸ਼ਾਹ ਹੇਠ ਤੂੰ ਕੰਮ ਕਰਦਾ, ਉਹਨੂੰ ਵੀ ਪੁੱਛਾਂ ਚੱਲ ਕੇ ਕਿੱਧਰ ਹੈਗਾ ਆਫਿਸ, ਆਫਿਸ ਪ੍ਰਿੰਸੀਪਲ ਦਾ ਕਿੱਥੇ ਹੈਗਾ, ਚਲਾ ਚੱਲਾ। ਕਿਹੜੇ ਖੂੰਜੇ ਆ ਜਾਓ ਚੱਲ, ਕਿਹੜਾ ਆਫਿਸ ਆ ਤੇਰਾ, ਆ ਵਾਲਾ ਚੱਲ ਸਕੂਲ ਦੇ ਪ੍ਰਿੰਸੀਪਲ ਨੂੰ ਬੁਲਾਓ ਬ੍ਰਦਰ, 70,000 ਰੁਪਈਆ ਰਿਸ਼ਵਤ ਲੈਂਦੇ ਫੜਿਆ, 70,000 ਤੁਸੀਂ ਬਹਿ ਹੋਏ ਇੱਧਰ ਆਇਓ, ਇਹਨੂੰ ਬਿਠਾਓ ਅਤੇ ਸਟੂਲ 'ਤੇ ਬਿਠਾਓ, ਕੋਈ ਨਹੀਂ ਵੀਰ ਜੀ ਬੈਠੋ ਭਾਜੀ ਬੈਠੋ, ਕਿਹਦੇ ਅੰਡਰ ਹੈਗਾ ਬ੍ਰਦਰ ਇਹ ਜਿਹੜਾ ਮੁਲਾਜ਼ਮ ਤੁਹਾਡਾ, ਕੀ ਨਾਮ ਤੇਰਾ, ਅਮਿਤ, ਇਹ ਕਿਹਦੇ ਅੰਡਰ ਆ, ਕੁਲਦੀਪ ਜੀ ਨੇ ਜੀ, ਸੀਨੀਅਰ ਹੈਗੇ ਆ ਇੱਥੇ, ਨਹੀਂ ਉਹ ਚੰਡੀਗੜ੍ਹ ਗਏ, ਹੁਣ ਤੇਰਾ ਕੋਈ ਇਮੀਡੀਏਟ ਤਾਂ ਹੋਊ ਬੌਸ, ਉਹ ਦੋਨੋਂ ਗਏ ਹੋਏ ਚੰਡੀਗੜ੍ਹ, ਤੇਰਾ ਕੋਈ ਨਹੀਂ ਹੈਗਾ ਬੌਸ ਇੱਥੇ, ਹੈ ਨਹੀਂ ਇਸ ਟਾਈਮ, ਡੀ ਓ ਡਿਪਟੀ ਨੰਬਰ ਲਿਆ ਦੇ ਯਾਰ, ਨੰਬਰ ਦੇ ਦੂੰਗਾ, ਹਾਂਜੀ ਮੈਂ ਦੇ ਮਹਿਕਮੇ ਦੇ ਵਿੱਚ ਪੂਰੀ ਟ੍ਰਾਂਸਪੇਰੈਂਸੀ ਲੈ ਕੇ ਆਉਣੀ, 70,000 ਰੁਪਏ 107 ਬੱਚੇ ਪੜ੍ਹਦੇ ਸਿਰਫ, ਉਹਦੀ ਆਪਣੇ ਆਪ ਫੇਕ ਕਿਸੇ ਕੋਲ ਕੰਪਲੇਂਟ ਕਰਾਈ, ਫੇਕ ਕੋਈ ਪ੍ਰੈਸ ਰਿਪੋਰਟਰ ਤੋਂ, ਤੇ ਉਹ ਕੰਪਲੇਂਟ ਕਲੋਜ਼ ਕਰਨ ਦਾ 70,000 ਰੁਪਈਆ, ਤੇ ਉਹ ਮੁੰਡੇ ਨੂੰ ਮੇਰਾ ਖਿਆਲ 2 ਮਹੀਨੇ ਹੋ ਗਏ ਇਹਦੀਆਂ ਮਿੰਨਤਾਂ ਕਰਦੇ ਨੂੰ ਵੀ ਜਾਣਦੇ, ਮੇਰੇ ਕੋਲ ਛੋਟਾ ਜਿਹਾ ਸਕੂਲ ਆ ਤੇ 20 ਬੱਚੇ ਉੱਥੇ ਫ੍ਰੀ ਪੜ੍ਹਦੇ ਉਹਦੇ ਸਕੂਲ 'ਚ, ਆ ਤੂੰ ਡਿਪਟੀ ਡਿਪਟੀ ਡੀ ਓ ਦਾ, ਤੂੰ ਐਮ ਸੀ ਮਨੀ ਕੁਲੈਕਟਰ, ਉਹਨਾਂ ਨੂੰ ਕੀ ਲੋੜ ਪਈ ਹੈ, ਤੁਸੀਂ ਪੈਸੇ ਇਕੱਠੇ ਕਰ ਕਰਕੇ ਦਿਓ ਉੱਪਰਲੇ ਅਫਸਰਾਂ ਨੂੰ, ਕਰਾਓ ਪ੍ਰਿੰਸੀਪਲ ਨੂੰ ਸੱਦੋ, ਕਿੱਥੇ ਹੈਗੇ ਆ, ਇਹਨੂੰ ਸੱਦ ਇੱਥੇ ਵਾਪਸ ਆ ਕਿਤੇ, ਸ਼ਰਮ ਕਰ ਲਓ ਮਾੜੀ ਮੋਟੀ ਸ਼ਰਮ ਕਰ ਲਓ, ਬੁਲਾਓ ਯਾਰ ਪ੍ਰਿੰਸੀਪਲ ਨੂੰ ਬੁਲਾ ਕੇ ਲਿਆ ਕਿੱਥੇ, ਕਿਉਂਕਿ ਉਹਦਾ ਕੈਂਪਸ ਹੈਗਾ ਤੇ ਉਹਨੂੰ ਦੱਸੀ ਅਸੀਂ ਵੀ ਤੇਰਾ ਮੁਲਾਜ਼ਮ ਤੇਰੀ ਬਿਲਡਿੰਗ ਦੇ ਵਿੱਚ ਆਹ ਕਰਤੂਤਾਂ ਕਰਦਾ ਹੈ,
ਕਹਿੰਦਾ ਪਹਿਲੇ ਕਹਿੰਦਾ 50,000 ਰੁਪਏ ਲੈਣਾ ਹੁਣ ਕਹਿੰਦਾ ਮੈਨੂੰ 70 ਦਿਓ ਤੁਸੀਂ ਤੁਸੀਂ ਬਹੁਤ ਕੀਤਾ ਏਦਾਂ ਕਹਿੰਦਾ ਮੂੰਹ ਸੁਣ ਲਓ ਆਹ ਪੀੜਤ ਹੈਗਾ ਇਹ ਪੀੜਤ ਆ 50,000 ਦੇ ਵਿੱਚ ਡਨ ਹੋਇਆ ਸੀ ਇਹਨੂੰ ਵੀ ਲਿਆ ਇੱਧਰ ਨੂੰ ਮਾੜਾ ਜਿਹਾ ਇੱਥੇ ਕਰ ਦੂੰ ਸਰ ਮੈਂ ਇੱਧਰ ਕੁਛ ਲਿਆ ਜੀ ਬੇਟਾ ਤੈਂ ਨਹੀਂ ਲਿਆ ਤੇ ਕਿਹਦੇ ਗਏ ਤੇ ਲਏ ਦੱਸ ਨਾ ਨਹੀਂ ਲਿਆ ਜੀ ਹਾਂ ਪਹਿਲੇ ਕਹਿੰਦਾ 50 ਦਿਓ ਜਦੋਂ ਮੈਂ ਅਸੀਂ ਇੱਕ ਅੱਧਾ ਦਿਨ ਲਈ ਲੇਟ ਹੋ ਗਏ ਕਿਉਂਕਿ ਬੈਂਸ ਸਾਹਿਬ ਨਾਲ ਗੱਲ ਕਰਨੀ ਸੀ ਇਹ ਕਹਿੰਦਾ ਸੀ ਇਹਨੂੰ ਇੰਨਾ ਮਤਲਬ ਸਾਨੂੰ ਮੇਰਾ ਖਿਆਲ ਮਹੀਨਾ ਹੋ ਗਿਆ ਉਹਦੇ ਮਗਰ ਛੱਡਿਆ ਨੂੰ ਡਿਪਟੀ ਡੀਓ ਐਂਡ ਐਲਏ ਲੀਗਲ ਐਡਵਾਈਜ਼ਰ ਬਖਸ਼ੀ ਮੱਕੜ ਸਾਡੀ ਕੋਈ ਸੁਣਵਾਈ ਨੀ ਹੋਈ ਕਮਿਸ਼ਨਰ ਦੇ ਕੀਤੀ ਸੀ ਉਸ ਤੋਂ ਬਾਅਦ ਕੋਈ ਸੁਣਵਾਈ ਨੀ ਅਸੀਂ ਗਏ ਇਹ ਆਏ ਨੀ ਉੱਥੇ ਫਿਰ ਜਾਨੂੰ ਡੀਓ ਸਾਡੇ ਫਿਰ ਅਕੈਡਮੀ ਪਹੁੰਚ ਗਿਆ ਕਹਿੰਦਾ ਤੁਸੀਂ ਜਾ ਕੇ ਇਹਨੂੰ ਮੁੰਡੇ ਨੂੰ ਮਿਲੋ ਜਦੋਂ ਮੈਂ ਇਹਨੂੰ ਮਿਲਿਆ ਅਕੈਡਮੀ ਕੌਣ ਚਲਾਉਂਦੇ ਉਹ ਵੀ 10 ਬੱਚੇ ਮੇਰੇ ਇੱਥੇ ਵੀਰੇ ਦੇ ਭਾਬੀ ਹੁਣੀ ਨੇ ਭਾਬੀ ਪ੍ਰਿੰਸੀਪਲ ਨੇ ਉੱਥੇ ਉਹਦੇ ਸਾਰੇ ਲੇਡੀ ਸਟਾਫ ਉਹਨਾਂ ਦਾ ਪੁਸ਼ਪਿੰਦਰ ਕੌਰ ਆ ਜੀ ਸਾਰੇ ਲੇਡੀ ਸਟਾਫ ਆ ਉੱਥੇ ਕੀ ਕੁਆਲੀਫਿਕੇਸ਼ਨ ਕੁਆਲੀਫਿਕੇਸ਼ਨ ਵੀ ਦੱਸ ਉਹਨਾਂ ਦੇ ਐਮਕਾਮ ਬੀਐਡ ਨੇ ਤੇ ਉੱਥੇ ਜਿੰਨੇ ਵੀ ਟੀਚਰ ਨੇ ਐਮਏਬੀਐਡ ਜਾਂ ਬੀਐਡ ਜਾਂ ਈਟੀਟੀ ਸਾਰੇ ਕੁਆਲੀਫਾਈਡ ਨੇ 106 ਬੱਚੇ ਨੇ ਟੋਟਲ ਇਹ ਬੰਦੇ ਨੂੰ ਬਿਲਕੁਲ ਨਹੀਂ ਭੋਰਾ ਵੀ ਇਹਨੂੰ ਮੈਂ ਕਿਹਾ ਸਰ ਥੋੜੇ ਮੋਟੇ ਘਟਾ ਲਓ ਕਹਿੰਦਾ ਨਹੀਂ 70,000 ਰੁਪਏ ਦੇਣਾ ਤੁਸੀਂ ਇਸ ਤੋਂ ਘੱਟ ਪਹਿਲਾਂ ਸੈਟਿੰਗ ਕਿੰਨੇ ਚ ਹੋਈ ਸੀ ਦੱਸੋ ਪਹਿਲਾਂ 50,000 ਚ ਹੋਈ ਸੀ ਪਰ ਸੈਟਿੰਗ ਹੋਈ ਕਿਉਂ ਹੈ ਸੈਟਿੰਗ ਇਸ ਕਰਕੇ ਹੋਈ ਹੈ ਕਹਿੰਦੇ ਸਕੂਲ ਸਾਨੂੰ ਇਹ ਜੀ ਅਸੀਂ ਸਕੂਲ ਚਲਾਉਣਾ 106 ਬੱਚੇ ਸਾਰੇ ਗਰੀਬ ਨੇ ਤੇ ਪਰ ਜਦੋਂ ਇਹਨੂੰ ਬੰਦੇ ਨੂੰ ਕਿਹਾ ਗਿਆ ਵੀ ਅਸੀਂ ਸਕੂਲ ਚਲਾਉਣਾ ਇਹ ਕਹਿੰਦਾ ਨਹੀਂ ਉਹਨੂੰ ਬੰਦ ਕੀਤਾ ਜਾਊਗਾ ਜਿਹੜੀ ਕੰਪਲੇਂਟ ਹੋਈ ਹੈ ਨਾ ਕਿਸ ਵਜ੍ਹਾ ਨਾਲ ਕੀ ਕਰਦੇ ਕੋਈ ਰਿਪੋਰਟਰ ਲੋਗੇ ਜਿਹੜਾ ਫੇਕ ਰਿਪੋਰਟਰ ਨੇ ਕਿਹਨਾਂ ਦੀ ਕੰਪਲੇਂਟ ਕੀਤੀ ਡੀਓ ਆਫਿਸ ਉਸ ਸਕੂਲ ਦੇ ਬਾਬਤ ਵੀ ਇਹ ਨਿਯਮ ਪੂਰੇ ਨਹੀਂ ਕਰਦਾ ਜੀ ਇਹ ਸਕੂਲ ਬਿਲਡਿੰਗ ਦੇ ਅਕੋਰਡਿੰਗ ਨਹੀਂ ਇਹਦੇ ਹੈਗੀ ਪ੍ਰੋਪਰ ਸਕੂਲ ਦੀ ਉਹ ਕੰਪਲੇਂਟ ਨੂੰ ਫਾਈਲ ਕਰਨ ਦਾ ਇਹ MC ਮਨੀ ਕਲੈਕਟਰ ਇਹਦੇ ਕੋਲੋਂ ਪਹਿਲਾਂ 50,000 ਤੇ ਡਨ ਕੀਤਾ ਲੇਟ ਹੋ ਗਿਆ ਇਹ ਇਲੈਕਸ਼ਨ ਸੀਗੇ ਮੈਂ ਵੀ ਲੇਟ ਹੋਇਆ ਤੇ 20,000 ਰੁਪਇਆ ਲੇਟ ਫੀਸ ਲੱਗੀ ਨਾਲੇ ਪਰਸੋਂ ਧਮਕੀ ਦੇ ਕੇ ਆਇਆ ਕਿ ਨਹੀਂ ਤਾਂ ਅਸੀਂ ਪਰਚਾ ਕਰਾਵਾਂਗੇ 70,000 ਰੁਪਇਆ ਆਇਓ ਜਰਾ ਸੀ ਮੇਰੇ ਬਿਨਾ ਫੇਸਬੁੱਕ ਪੇਜ ਦੇ ਉੱਤੇ ਲਾਈਵ ਹੈਗਾ ਯੂ ਕੈਨ ਸੀ ਐਵਰੀਥਿੰਗ ਇਹਦੀ ਪਾਕਟ ਦੇ ਵਿੱਚੋਂ ਪੈਸੇ ਲਿਆ ਡਿਓ ਨੋਟ ਕਿੱਥੇ ਆ ਜਦੋਂ ਇਹਨੂੰ ਕਿਹਾ ਗਿਆ ਨਾ ਵੀ ਤੂੰ ਚਲੋ ਹੁਣ ਸਾਡਾ ਨਿਬੜ ਜੂ ਤੇ ਐਲਏ ਦਾ ਕਹਿੰਦਾ ਉਹ ਤਾਂ 2,000-4,000 ਦੀ ਗੇਮ ਹੈ ਐਲਏ ਉਹ ਰਿਕਾਰਡਿੰਗ ਹੈਗੀ ਆ ਉਹ ਵੀ ਰਿਕਾਰਡਿੰਗ ਆ ਸਾਰਾ ਕੁਝ ਟੈਲੀਫੋਨ ਰਿਕਾਰਡਿੰਗ ਹੈਗੀ ਆਡੀਓ ਸਾਰਾ ਕੁਝ ਏ ਟੂ ਜ਼ੈਡ ਰਿਕਾਰਡਿੰਗ ਫੋਨ ਬਾਹਰ ਰਖਾ ਦਿੰਦਾ ਕਹਿੰਦਾ ਦੋਨੇ ਫੋਨ ਗੱਡੀ 'ਚ ਰੱਖਿਆ ਹੁਣ ਵੀ ਇਹਦੇ ਟੈਲੀਫੋਨ ਦੋਨੋਂ ਜਿਹੜੇ ਹੁਣ ਵੀ ਰਿਕਾਰਡਿੰਗ ਕਰਦਾ ਸਾਰਾ ਕੁਝ ਗੱਡੀ 'ਚ ਰੱਖਿਆ ਮੇਰੇ ਕੋਲ ਛੋਟਾ ਫੋਨ ਸੀ ਨਾਲ ਇੱਥੋਂ ਇਹਨੂੰ ਪੈਦਲ ਲੈ ਕੇ ਮੇਰਾ ਖਿਆਲ ਉਹ ESI ਦੇ ਪਿਛਲੇ ਪਾਸੇ ਤੱਕ ਗਿਆ ਤੇ ਉੱਥੇ ਜਾ ਕੇ ਪੈਸੇ ਪਾਉਂਦੇ ਸ਼ਰਮ ਨਾਮ ਦੀ ਚੀਜ਼ ਨਹੀਂ ਹੈਗੀ ਇਹ ਆਪਾਂ ਕਹਿੰਦੇ ਹਜੇ ਯੰਗ ਅਸੀਂ ਕੋਈ ਮਾੜਾ ਮੋਟਾ ਸੁਧਾਰ ਕਰਾਂਗੇ ਕਿੰਨੀ ਏਜ ਆ ਸ਼ਰਮ ਆਉਂਦੀ ਹੁਣ ਨਹੀਂ ਆਉਂਦੀ ਕੋਈ ਨੀ ਕੋਈ ਇੱਥੇ ਠੀਕ ਹੈ ਜੀ
ਜਿੰਨਾ ਗੱਲ ਹੋਈ ਹੈ ਮੈਂ ਤਾਂ ਓਹਦੇ ਵਿਚ ਕੁਛ ਆਪਣਾ ਪੱਖ ਦੱਸ ਨਾ ਦੱਸ ਮੇਰੇ ਨਾਲ ਕੋਈ ਗੱਲ ਨੀ ਮੈਂ ਇਹਨਾਂ ਦੇ ਸਕੂਲ ਕੋਈ ਚੈਕਿੰਗ ਨਹੀਂ ਕੀਤੀ ਕੋਈ ਕੁਛ ਨੀ ਮੈਨੂੰ ਨੀ ਪਤਾ ਇਹਨਾਂ ਦੇ ਆਪਸ ਵਿੱਚ ਕੀ ਗੱਲਬਾਤ ਠੀਕ ਹੈ ਜੀ ਮੈਨੂੰ ਕਿਹਾ ਗਿਆ ਪੈਸੇ ਫੜਨੇ ਆ ਤਾਂ ਮੈਂ ਪੈਸੇ ਡੀਓ ਨੇ ਕਿਹਾ ਤੈਨੂੰ ਮੈਂ ਲੈ ਆਉਂਦਾ ਕਿਹਨੇ ਕਿਹਾ ਮੈਂ ਫਿਰ ਤੈਨੂੰ ਜਿਨ੍ਹਾਂ ਨੇ ਫਿਰ ਤੈਨੂੰ ਮੈਂ ਇਹ ਗੱਲ ਕਹਿ ਰਿਹਾ ਵੀ ਹੋ ਸਕਦਾ ਤੈਨੂੰ ਕਿਤੇ ਨਾ ਕਿਤੇ ਇਹਦੇ ਕੋਲੋਂ ਮਾਫੀ ਵਾਲੇ ਖਾਨੇ ਚ ਰੱਖਾ ਕੀ ਕਿਹਨੂੰ ਕਿਹਨੇ ਕਿਹਾ ਸੀ ਡਿਪਟੀ ਡੀਓ ਨਾਮ ਦੱਸ ਨਾ ਉਹਦਾ ਕੀ ਨਾਮ ਉਹਦਾ ਕੁਲਦੀਪ ਸਿੰਘ ਐਂਡ ਐਲ ਏ ਕੌਣ ਹੈਗਾ ਹਰਵਿੰਦਰ ਸਿੰਘ ਹੈ ਹਰਵਿੰਦਰ ਪ੍ਰਿੰਸੀਪਲ ਲਿਆ ਫਿਰ ਹੁਣ ਮੇਰੀ ਕਰਾਓ ਕ੍ਰਿਸ਼ਨ ਕੁਮਾਰ ਜੀ ਨਾਲ ਗੱਲ ਤੈਨੂੰ ਦੱਸਦਾ ਤੂੰ ਹਜੇ ਵੀ ਲੁਕੋ ਰੱਖਦਾ ਸਾਰੀ ਗੱਲ ਦੱਸ ਮੈਂ ਨਹੀਂ ਕਰੂੰਗਾ ਮੈਂ ਕਿਹਾ ਮੈਂ ਫੋਨ ਨਹੀਂ ਕਰੂੰਗਾ ਤੇਰਾ ਬਚਾਅ ਕਰੂੰਗਾ ਤੂੰ ਪਹਿਲਾਂ ਅਸਲੀਅਤ ਦੱਸ ਸਾਰਾ ਮੈਂ ਗੱਲ ਦੱਸ ਤਾਂ ਦਿੱਤੀ ਸਰ ਆਹੀ ਦੋ ਬੰਦਿਆਂ ਮੈਂ ਪੈਸੇ ਪਹਿਲਾਂ 50,000 'ਚ ਸੈਟਿੰਗ ਕੀਤੀ ਸੀ ਕੀਤੀ ਸਰ ਮੈਨੂੰ ਨਹੀਂ ਇਹਦੇ ਬਾਰੇ ਪਤਾ ਤੈਨੂੰ 50 ਤੋਂ ਬਾਅਦ 70 ਕਿਹਨੇ ਕਿਹਾ ਵੀ 70 ਲੈਣਾ ਸਰ ਮੈਂ ਇਹਨਾਂ ਨੂੰ ਕਿਹਾ ਹੀ ਨਹੀਂ ਗਿਆ ਜੀ 70 ਲੈਣਾ ਇਹਨਾਂ ਨੇ ਅੱਜ ਪੈਸੇ ਦਿੱਤੇ ਆ ਠੀਕ ਹੈ ਜੀ ਉਸ ਦਿਨ ਦੀ ਗੱਲ ਹੋਈ ਸੀ ਇਹਨਾਂ ਦੀ ਜ਼ਰੂਰ ਆਏ ਸੀਗੇ ਇੱਥੇ ਬੈਠੇ ਸੀਗੇ ਠੀਕ ਹੈ ਜੀ ਇਹਨਾਂ ਤੋਂ ਮੈਨੂੰ ਪੈਸੇ ਲੈਣ ਲਈ ਕਿਹਾ ਸੀ ਮੈਂ ਕਿਹਾ ਜੀ ਦੇ ਦੀ ਠੀਕ ਹੈ ਜੀ ਗੱਲ ਹੋਈ ਵੀ ਇਹਨਾਂ ਨਾਲ ਫੋਨ ਇਹਨਾਂ ਨੇ ਇਹ ਨਹੀਂ ਆਏ ਦੋ ਤਿੰਨ ਦਿਨ ਠੀਕ ਹੈ ਜੀ ਇਸ ਤੋਂ ਬਾਅਦ ਦੁਬਾਰਾ ਇਹਨਾਂ ਤੋਂ ਫੋਨ ਆਇਆ ਹਾਂ ਕੋਈ ਇੱਦਾਂ ਚੱਕਦਾ ਪੈਸੇ ਫੜਦਾ ਹੀ ਨਹੀਂ ਕੋਈ ਪੈਸੇ ਮੈਂ ਸਰ ਕੋਦੋਂ ਕਹਿੰਦਾ ਡੀਓ ਤੇ ਮੇਰੀ ਗੱਲ ਇੱਕੋ ਹੀ ਹੈ ਕਹਿੰਦਾ ਇੱਕੋ ਘਰ ਤੇ ਰਹਿੰਦੇ ਆ ਰਿਕਾਰਡਿੰਗ ਆਡੀਓ ਸੁਣਾਈਏ ਤੂੰ ਜਿੱਥੇ ਕਹਿ ਰਿਹਾ ਵੀ ਅਸੀਂ ਇੱਕੋ ਘਰ 'ਚ ਰਹਿੰਦੇ ਹਾਂ ਡੀਓ ਦੀ ਚਿੰਤਾ ਹੀ ਨਾ ਕਰ ਤੂੰ ਐਲ ਏ ਜਿਹੜਾ 5-4 ਹਜ਼ਾਰ ਹੋਰ ਲਊਗਾ ਤੇਰੀ ਆਡੀਓ ਸੁਣਾਵਾਂ ਮੈਂ ਦੱਸ ਤਾਂ ਰਿਹਾ ਸਰ ਉਸ ਤੋਂ ਬਾਅਦ ਇਹ ਆਏ ਨਹੀਂ ਹੈਗੇ ਉਸ ਤੋਂ ਬਾਅਦ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਇਹ ਉਹਨਾਂ ਦੇ ਸਕੂਲ ਗਏ ਨੇ ਠੀਕ ਹੈ ਜੀ ਉਹਨਾਂ ਨੇ ਆ ਕੇ ਮੈਨੂੰ ਕਿਹਾ ਸੀ ਉਹਨਾਂ ਨੂੰ 70,000 ਰੁਪਏ ਜੇ ਮੈਂ ਕੋ ਆਏ ਮੈਂ ਉਹਨਾਂ ਨੂੰ ਕਹਿੰਦਾ ਮੈਂ ਕਿਹਾ 70,000 ਵੀ ਮੈਨੂੰ 70 ਡਿਪਟੀ ਡੀਓ ਕਹਿ ਗਿਆ ਵੀ ਇੰਨੇ ਲੈਣ ਮੈਨੂੰ ਕਹਿ ਠੀਕ ਹੈ ਲਿਆ ਅੱਜ ਉਹ ਹੈ ਹੀ ਨਹੀਂ ਕੋਈ ਵੀ ਇਹਨੇ ਆ ਕੇ ਪਹਿਲਾਂ ਪੁੱਛਿਆ ਮੈਂ ਕਿਹਾ ਹੈਂਡ ਕੀਤਾ ਤੂੰ ਇਹਦੇ ਮੋਬਾਈਲ ਕਿਉਂ ਬਾਹਰ ਰਖਾਏ ਜਿੱਦਾਂ ਮੈਨੂੰ ਕਿਹਾ ਗਿਆ ਸੀ ਮੈਂ ਉੱਥੇ ਕਿਉਂ ਮੰਨਦੇ ਹੋ ਜੀ ਮਤਲਬ ਇੰਨੀ ਤਾਂ ਮੇਰਾ ਖਿਆਲ ਆ ਵੀ ਕੋਈ ਇਹ ਕਹਿ ਦਈਏ ਨਾ ਵੀ ਕੋਈ CBI ਦੀ ਹੋਵੇ ਕੰਮ ਤੇ ਉਹ ਵੀ ਦਫ਼ਤਰਾਂ ਦੇ ਵੀ ਕਹਿੰਦਾ ਫੋਨ ਬਾਹਰ ਰੱਖਿਆ ਪਹਿਲਾਂ ਚੱਲ ਕੇ ਗੱਡੀ ਦੇ ਵਿੱਚ ਫੋਨ ਰੱਖਿਆ ਗੱਡੀ 'ਚ ਦੋਨੋਂ ਫੋਨ ਰਖਾਏ ਹੁਣ ਤੈਨੂੰ ਮੈਂ ਹੋਰ ਦੱਸਦਾ ਮੈਂ ਇਹਦੀ ਜੇਬ 'ਚ ਡੱਬੀ ਪਾ ਕੇ ਹੋਰ ਸੁਣੋ ਮੇਰੀ ਗੱਲ ਮੈਂ ਇਸ ਮੁੰਡੇ ਕੰਪਲੇਨੈਂਟ ਦੀ ਜੇਬ 'ਚ ਇੱਕ ਡੱਬੀ ਪਾ ਕੇ ਭੇਜੀ ਉਹ ਮੇਰੇ ਫੋਨ ਦੇ ਉੱਤੇ ਰਿਕਾਰਡਿੰਗ 'ਤੇ ਆ ਇਹ ਜੋ ਆਪਸ 'ਚ ਗੱਲ ਕਰ ਰਿਹਾ ਤੁਰੇ ਜਾਂਦੇ ਉਹ ਸਾਰਾ ਰਿਕਾਰਡਡ ਆ ਮੇਰੇ ਕੋਲ A to Z ਮੇਰੇ ਕੋਲ A to Z ਰਿਕਾਰਡਿੰਗ ਹੈਗੀ ਹੈ ਸਿਰਫ ਪੈਸੇ ਫੜਨ ਦਾ ਕੰਮ ਹੈਗਾ ਕੋਈ ਨੀ ਨਾਮ ਕੀ ਹੈ ਜੀ ਨਾਮ ਤੁਹਾਡਾ ਪੂਰਾ ਕੀ ਹੈ ਅਮਿਤ ਅਮਿਤ ਮਿੱਤਲ ਕੀ ਕਲਰਕ ਹੈਗੇ ਹੋ ਕਲਰਕ ਮੇਰੇ ਵੱਲੋਂ ਨਾਲ ਜ਼ਰੂਰ ਲਿਖੋ ਵੀ MC ਹੈਗੇ ਹਰੇਕ ਅਫਸਰ ਨੇ ਰੱਖਿਓ ਮਨੀ ਕਲੈਕਟਰ ਮਤਲਬ ਚਾਹੇ ਉਹ ਤਹਿਸੀਲਦਾਰ ਆ ਉਹ ਪਟਵਾਰੀ ਆ ਉਹ ਦੂਜੇ ਤੀਜੇ ਕੋਈ ਵੀ ਕਿਸੇ ਅਹੁਦੇ ਤੇ ਬੈਠੇ ਹਰੇਕ ਨੇ MC ਰੱਖਿਆ ਹੋਇਆ ਛੋਟੇ ਲੈਵਲ ਦੇ ਵਿੱਚ PN ਕਲਰਕ ਏਦਾਂ ਦੇ ਜਿਹੜੇ ਹੈਗੇ ਉਹ ਸਾਰੇ ਪੈਸੇ ਇਕੱਠੇ ਕਰਨ ਲਈ ਰੱਖੇ ਹੋਏ 70,000 ਰੁਪਇਆ ਤੁਸੀਂ ਸਮਝਦਾ ਤੂੰ ਵੀ ਇੱਕ ਬੰਦਾ ਇਹ ਲੈ ਇਹਦੀ ਔਕਾਤ ਨਹੀਂ ਹੈਗੀ ਦੱਸਦੀ ਇਹਨੇ ਸੱਚੀ ਗੱਲ ਵੀ ਡਿਪਟੀ DO ਤੇ LA
ਤੇ ਸਾਡਾ ਕਿੱਥੇ ਆ ਐਡਮਿਨਿਸਟ੍ਰੇਸ਼ਨ ਡੀਸੀ ਕਿੱਥੇ ਹੈਗਾ, ਕਿੱਥੇ ਦੂਜੇ ਤੀਜੇ ਜਿਹੜੇ ਬੜੇ ਦਮਗਜੇ ਮਾਰਦੇ ਆ 0% ਟੋਲਰੈਂਸ ਔਨ ਕਰਪਸ਼ਨ, ਆ ਹੈਗੀ ਆ ਕਰਪਸ਼ਨ ਟੋਲਰੈਂਸ, ਕਿਹੜੇ ਪੇਪਰ ਤੋਂ ਸੀ? ਹਿੰਦੁਸਤਾਨ ਟਾਈਮਸ। ਓਕੇ, ਇਹ 0% ਟੋਲਰੈਂਸ ਔਨ ਕਰਪਸ਼ਨ ਜਿਹੜਾ ਕਾਂਗਰਸ ਦੇ ਮੈਨੀਫੈਸਟੋ ਦਾ ਪਹਿਲਾ ਲਿਖਿਆ ਹੋਇਆ ਹੈਡ ਦੇ ਉੱਤੇ। ਮੈਂ ਬੱਚੇ ਤੈਨੂੰ ਕੁਛ ਨਹੀਂ ਕਹਿਣਾ, ਮੈਂ ਮਹਿਕਮੇ ਨੂੰ ਪੁੱਛੂੰਗਾ ਵਿਧਾਨ ਸਭਾ ਦੇ ਅੰਦਰ ਵੀ ਆਹ ਕਰਤੂਤਾਂ ਹੁੰਦੀਆਂ ਤੁਹਾਡੇ ਮਹਿਕਮੇ ਦੇ ਵਿੱਚ, ਜਿਹੜਾ ਕੋਈ ਗਰੀਬ ਦੇ ਬੱਚੇ ਪੜ੍ਹਾਉਂਦਾ, ਜੇ 107 ਬੱਚੇ ਤੇ 20 ਬੱਚੇ ਫ੍ਰੀ 'ਚ ਪੜ੍ਹਦੇ ਹੋਣ ਤੇ ਉਹਨੂੰ ਵੀ ਤੰਗ ਕਰਨਾ ਤੁਸੀਂ? ਸਰ ਐਲਏ ਦਾ ਤੁਸੀਂ ਕੀ ਮਤਲਬ? ਐਲਏ ਲੀਗਲ ਐਡਵਾਈਸ, ਲੀਗਲ ਐਡਵਾਈਸ ਐਲਏ ਦਾ ਨਾਮ ਬੋਲੋ ਕੀ ਹੈਗਾ? ਕੁਲਦੀਪ ਕੁਮਾਰ। ਕੁਲਦੀਪ ਸਿੰਘ ਨਹੀਂ, ਐਲਏ ਦਾ ਹਰਵਿੰਦਰ ਸਿੰਘ। ਪੈਸਾ ਵੇ ਦਾ ਫੋਨ ਲੋ ਜੀ, ਇਹਨੇ ਗੱਲਬਾਤ ਕੀਤੀ ਹੋਊਗੀ ਇਹਨਾਂ ਨਾਲ, ਇਹਦਾ ਫੋਨ ਲੈ ਲਓ ਜੀ, ਕਰਕੇ ਦਿਖਾ ਦੇਖਾਂ ਉੱਤੇ ਕਿਹਦੀ ਕਾਲ ਹੈਗੀ। ਕਰਾਇਓ ਇਹਦੇ ਡਿਪਟੀ ਡੀਓ ਨਾਲ ਗੱਲ, ਆਪਣੇ ਵਾਲੇ ਤੋਂ ਲਾ ਡਿਪਟੀ ਡੀਓ ਦਾ ਚੈਨਲ ਉਹਦੇ ਨਾਲ ਹੀ ਹੋਈ ਹੋਈ ਹੈ, ਪਹਿਲੇ ਹੀ ਨੰਬਰ ਇਹਦੇ, ਤੁਸੀਂ ਨੰਬਰ ਲੈਣਾ ਜੀ ਇਹਦੇ, ਸਾਰੀ ਡਿਟੇਲ ਲਿਖੋ ਜੀ। ਮਿਸ ਕਾਲ ਹੈ ਸਰ, ਇਹਦੀ ਇੱਕ ਪਿਕ ਕਰੀ ਕਰਕੇ ਉਹ ਹੁਣ ਫੋਨ ਨਹੀਂ ਚੱਕ ਰਿਹਾ, ਇਹਦੇ ਫੋਨ ਦੀ ਫੋਟੋ ਕਰ, ਇਹਦਾ ਜਿਹੜਾ ਕੁਲਦੀਪ ਦਾ ਨੰਬਰ ਦਿੱਤਾ ਜੀ, ਕੁਲਦੀਪ ਇਹਨਾਂ ਦੀ ਮੈਂ ਕੋਚਰ ਮਾਰਕੀਟ ਹੈ ਚੰਡੀਗੜ੍ਹ ਦੱਸਦਾ ਸੀਗਾ ਜੀ, ਉਹ ਵੀ ਨਹੀਂ ਫੋਨ ਚੱਕ ਰਿਹਾ ਸਰ, ਇੱਧਰ ਵੀ ਦਿਖਾ ਦਿਓ ਚੰਡੀਗੜ੍ਹ। ਉਹ ਵੀ ਕਹਿ ਕੇ ਆੜਿਆ ਮੈਂ ਕੋਚਰ ਮਾਰਕੀਟ, ਕਹਿੰਦਾ ਮੈਂ 5 ਮਿੰਟ 'ਚ ਆ ਗਿਆ। ਪੈਸਾ ਵੀ ਇੱਧਰ ਕਰ ਦਿਓ, ਪੈਸਾ ਉੱਧਰ ਹੀ ਕਰ ਲੈਣਾ ਫੋਨ ਕਰਕੇ। ਨਹੀਂ ਵੈਰੀ ਗੁੱਡ ਥੋੜੀ ਆ ਬਸ, ਪੈਸੇ ਫੋਨ ਕਰ, ਤੂੰ ਕਰ ਬੈਕਵਰਡ ਸਪੀਕਰ ਔਨ ਕਰ, ਜੇ ਤੈਨੂੰ ਪਤਾ ਹੀ ਨਹੀਂ ਪੈਸੇ ਕਿਉਂ ਲੈ ਰਹੇ। ਭੈਣ ਜੀ ਗਰੀਬ ਵਿਚਾਰਾ ਕਿੱਥੇ ਜਾਊਗਾ, ਇਹਨੂੰ 2 ਮਹੀਨੇ ਹੋ ਗਏ ਮੁੰਡੇ ਨੂੰ ਜਲੀਲ ਕਰ ਕਰਕੇ, ਇਹਨੂੰ ਗੇੜੇ ਲਵਾ ਲਵਾ ਜਲੀਲ ਕੀਤਾ ਇਹਨੂੰ। ਗਵਰਨਮੈਂਟ ਗੁੱਡ ਗਵਰਨੈਂਸ, ਆਹ ਗੁੱਡ ਗਵਰਨੈਂਸ ਹੈਗਾ। ਦੁਬਾਰਾ ਲਾ, ਲਾਊਡ ਤੇ ਲਾ, ਦੁਬਾਰਾ ਡਾਇਲ ਕਰ, ਡਾਇਲ ਕਰ ਤੇ ਲਾਊਡ ਤੇ ਲਾ ਕੇ ਸੁਣਾ, ਚੱਕਦਾ ਨਹੀਂ ਚੱਕਦਾ ਲਾਊਡ ਕਰ। ਦੋਸਤੋ ਤੁਸੀਂ ਸਰਵ ਸਿੱਖਿਆ ਅਭਿਆਨ ਵਾਲੇ ਹੋ? ਸਤਿ ਸ੍ਰੀ ਅਕਾਲ ਜੀ, ਠੀਕ ਹੋ? ਸਰਵ ਸਿੱਖਿਆ ਅਭਿਆਨ ਵਾਲੇ ਹੋ ਸਾਰੇ? ਹੈਗੇ ਤਾਂ ਐਜੂਕੇਸ਼ਨ ਮਹਿਕਮੇ ਦੇ ਹੀ ਹੋ, ਪਲੀਜ਼ ਯਾਰ ਸਫਾਈ ਚ ਸਾਥ ਦਿਓ ਸਾਰੇ ਜਣੇ, ਇਹ ਬੰਦ ਕਰੋ, ਇਹ ਜਿਹੜੇ ਕੁੱਤੇ ਕੰਮ ਹੈਗੇ ਆ ਸਾਰੇ ਪਹਿਰੇਦਾਰੀ ਕਰੋ, ਵੀ ਨਹੀਂ ਕਰਨ ਦੇਣੇ। ਅੱਛਾ ਨਹੀਂ, ਹੁਣ ਵੈਸੇ ਸਕੂਲ ਪ੍ਰਿੰਸੀਪਲ ਕੌਣ ਹੈ? ਇਹ ਹੈਗਾ ਪਲੱਸ ਟੂ ਆ ਜਾਂ ਪਲੱਸ ਟੂ ਤੱਕ? ਅੱਛਾ ਤੇ ਉਹ ਪਲੱਸ ਟੂ ਦੇ ਹੈਗੇ ਆ, ਦੂਸਰੇ ਪਾਸੇ ਜਿਹੜੇ ਹਾਈ ਦੇ ਪ੍ਰਾਇਮਰੀ ਦੇ ਕੌਣ? ਮੇਰੇ ਕੋਲ ਸੋਰੀ ਮੰਗਣਾ ਇਹਨੂੰ, ਆਹ ਜਿਹੜਾ ਗਰੀਬ ਆਦਮੀ ਕਿੱਥੇ ਜਾਵੇ? ਸਰ ਮੈਨੂੰ ਜੇ ਕੁਛ ਮਿਲਣਾ ਤਾਂ ਤੁਸੀਂ ਮੈਨੂੰ ਕਹੋ ਵੀ ਹਾਂ ਵੀ ਬਿਨਾਂ ਮਿਲਣ ਤੋਂ, ਬਿਨਾਂ ਮਿਲਣ ਤੋਂ ਨਹੀਂ ਸਰ। ਆਓ ਜੀ, ਮੈਂ ਜੋ ਤੁਸੀਂ ਨੰਗੇ ਮੈਂ ਉਦੋਂ ਵੀ ਦੇਖਿਆ ਵੀ ਜਾ ਰਹੇ ਹੋ।
ਅੱਛਾ ਇੱਕ ਨਾ ਇਹਦਾ 70,000 ਰੁਪਇਆ ਸੀ ਇਹਦੇ ਕੋਲੋਂ ਰਿਕਵਰ ਕੀਤਾ ਜੀ ਇਸ ਮੁੰਡੇ ਕੋਲੋਂ 70,000 ਰੁਪਇਆ ਰਿਕਵਰ ਕੀਤਾ ਕ੍ਰਿਸ਼ਨ ਕੁਮਾਰ ਜੀ ਨਾਲ ਕਰਾ ਦਿਓ ਉਹਨਾਂ ਦਾ ਲੈਂਡਲਾਈਨ ਲਾ ਦਿਓ ਆਫਿਸ ਤੋਂ ਉਹਨਾਂ ਨੂੰ ਦੱਸੀਏ ਵੀ ਤੁਹਾਡੀ ਡਰਾਈਵ ਜਿਹੜੀ ਆ ਅਸੀਂ ਵੀ ਉਹਦੇ ਭਾਗੀਦਾਰ ਬਣੇ ਹਾਂ ਵਿੱਚ ਅਤੇ ਆ ਸਫਾਈ ਵੱਡਾ ਗੰਦ ਜਿਹੜਾ ਸਾਫ਼ ਲੱਗਿਆ ਕਰਨ ਡੀ ਓ ਸਾਹਿਬ ਦਾ ਇਹ ਹੈਗਾ ਮਨੀ ਕਲੈਕਟਰ ਐਮ ਸੀ ਰੱਖਿਆ ਹੋਇਆ 70,000 ਰੁਪਇਆ ਰਿਸ਼ਵਤ ਲਈ ਇਹਨੇ ਜੇਬ 'ਚੋਂ 70,000 ਰੁਪਇਆ ਵਾਪਸ ਲਿਆ ਵੀ ਦੇ ਭਾਈ ਗਰੀਬ ਦੇ ਪੈਸੇ 107 ਬੱਚੇ ਸਕੂਲ 'ਚ ਪੜ੍ਹਦੇ ਸਿਰਫ ਜਿੱਥੋਂ ਇਹ 70,000 ਰਿਸ਼ਵਤ ਲਿਆ ਉਸ ਸਕੂਲ ਦੇ ਮਾਲਕ ਤੋਂ 70,000 ਰੁਪਇਆ ਰਿਸ਼ਵਤ ਲੈ ਰਿਹਾ ਜਿਹੜੇ ਸਕੂਲ ਦੇ ਵਿੱਚ ਸਿਰਫ 107 ਬੱਚੇ ਆ 107 ਬੱਚੇ ਮਤਲਬ ਦੋ ਤਿੰਨ ਕਮਰਿਆਂ ਦਾ ਦੱਸ ਵੀ ਕਿੱਥੇ ਹੈਗਾ ਮੈਨੂੰ ਤਾਂ ਪਤਾ ਨਹੀਂ ਹੈਲੋ ਬ੍ਰਦਰ ਮੈਂ ਸਿਮਰਜੀਤ ਬੈਂਸ MLA ਲੁਧਿਆਣਾ ਬੜਾ ਇੱਕ ਇੰਪੋਰਟੈਂਟ ਹੈਗਾ ਸਾਡਾ ਕਿ ਇੱਥੇ ਡਿਪਟੀ DO ਹੈਗੇ ਆ ਉਹ 70,000 ਰੁਪਇਆ ਰਿਸ਼ਵਤ ਆਪਣੇ ਇੱਕ ਕਲਰਕ ਦੇ ਜ਼ਰੀਏ ਲੈਂਦੇ ਮੈਂ ਰੈੱਡ ਹੈਂਡਡ ਫੜੇ ਆ ਕ੍ਰਿਸ਼ਨ ਕੁਮਾਰ ਜੀ ਨਾਲ ਗੱਲ ਕਰਾਓ ਜੇ ਹੈਗੇ ਆ ਤਾਂ ਅਵੇਲੇਬਲ ਡਿਪਟੀ DO ਦਾ ਕੀ ਨਾਮ ਜੀ ਜੀ ਕ੍ਰਿਸ਼ਨ ਕੁਮਾਰ ਜੀ ਤੁਸੀਂ ਨਾ ਮੇਰੀ ਸੁਣੋ ਗੱਲ ਤੁਸੀਂ ਆਫਿਸ ਫੋਨ ਤੋਂ ਉਹਨਾਂ ਨੂੰ ਕਾਲ ਕਰੋ ਮੇਰਾ ਨੰਬਰ ਹੈਗਾ 9855093795 ਮੈਂ ਜੀ ਮੇਰਾ ਨਾਮ ਸਿਮਰਜੀਤ ਬੈਂਸ ਮੈਂ ਨਾ ਤੁਹਾਡਾ ਡਿਪਟੀ DO ਲੁਧਿਆਣਾ ਹੈਗੇ ਕੁਲਦੀਪ ਸਿੰਘ 70,000 ਰੁਪਇਆ ਰਿਸ਼ਵਤ ਲੈਂਦੇ ਉਹਨਾਂ ਦਾ ਮਨੀ ਕਲੈਕਟਰ ਹੈਗਾ ਮੁੰਡਾ ਕਲਰਕ ਅਮਿਤ ਮਿੱਤਲ ਅਤੇ ਮੈਂ ਉਹ ਰੈੱਡ ਹੈਂਡਡ 70,000 ਰੁਪਇਆ ਪੀੜਤ ਨੂੰ ਵਾਪਸ ਕਰਵਾਇਆ ਕ੍ਰਿਸ਼ਨ ਕੁਮਾਰ ਜੀ ਨੂੰ ਕਾਲ ਕਰਕੇ ਉਹਨਾਂ ਨੂੰ ਕਿਹਾ ਮੈਨੂੰ ਹੁਣੇ ਕਾਲ ਕਰਨੇ ਇਸ ਨੰਬਰ ਓਕੇ ਬ੍ਰਦਰ ਥੈਂਕ ਯੂ ਗੋਡ ਬਲੈਸ ਯੂ ਗੋਡ ਬਲੈਸ ਯੂ ਕਰਾਇਓ ਮੇਰੀ ਗੱਲ ਬੜਾ ਜ਼ਰੂਰੀ ਹੈਗਾ ਹਾਂਜੀ 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 ਦਫ਼ਤਰ ਬੈਠਾ ਗਾ ਮੈਂ ਯੂਟਿਊਬ ਤੇ ਦੇਖ ਲਿਆ ਜੀ ਸਾਰਾ ਕੁਛ ਇਹ ਮੁੰਡਾ ਮੇਰੇ ਕੋਲ ਵੋਟਾਂ ਦੇ ਦਿਨਾਂ ਚ ਮੈਂ ਯਾਰ ਮੈਂ ਬਿਜ਼ੀ ਆ ਦੋਸਤਾ ਹੁਣ ਤੂੰ ਥੋੜਾ ਟਾਈਮ ਰੁਕ ਜਾ ਉਹ ਮਹੀਨਾ ਰੁਕਣ ਕਰਕੇ 50 ਤੋਂ 70 ਹੋ ਗਿਆ 20,000 ਰੁਪਇਆ ਲੇਟ ਫੀਸ ਰਿਸ਼ਵਤ ਲੈਣ ਦੀ ਇਹ ਕਾਹਦੇ ਮੰਗਦੇ ਕਾਹਦੇ ਸੀ ਇੱਕ ਫੇਕ ਕੰਪਲੇਂਟ ਕਰਾਈ ਜਾਲੀ ਪੱਤਰਕਾਰ ਕੋਲੋਂ ਅੱਛਾ ਜੀ ਇਹਨਾਂ ਦੇ ਸਕੂਲ ਦੇ ਬਾਬਤ ਵੀ ਇਹਨਾਂ ਦਾ ਸਕੂਲ ਨਿਯਮ ਸ਼ਰਤਾਂ ਪੂਰੀਆਂ ਨਹੀਂ ਕਰਦਾ ਉਸ ਕੰਪਲੇਂਟ ਨੂੰ ਫਾਈਲ ਕਰਨ ਦੋ ਵਾਰ ਗਏ ਡਿਪਟੀ DO ਤੁਹਾਡੇ ਹਾਂ ਜੀ ਹਾਂ ਜੀ ਦੋ ਵਾਰ ਵਿਜ਼ਿਟ ਕਰਕੇ ਆਏ 107 ਬੱਚਿਆਂ ਦਾ ਸਕੂਲ ਜਿਹਦੇ ਵਿੱਚੋਂ 20-21 ਬੱਚੇ ਗਰੀਬਾਂ ਦੇ ਫ੍ਰੀ ਪੜ੍ਹਦੇ ਆ ਮਤਲਬ ਇਹ ਨਹੀਂ ਹੈਗਾ ਵੀ ਕੋਈ ਬਹੁਤ ਹਾਈ ਫਾਈ ਸਕੂਲ ਆ ਵੀ ਚਲੋ ਵੀ ਪੈਸੇ ਲੈਣ ਚੱਲੇ ਆ ਸ਼ਰਮਨਾਕ ਦੀ ਚੀਜ਼ ਹੈ
ਹੁਣ ਇਹਦੇ ਵਿੱਚ ਕੀ ਆ ਸਰ? ਮੈਂ ਕਹਿਤਾ ਕ੍ਰਿਸ਼ਨ ਕੁਮਾਰ ਜੀ ਸੈਕਟਰੀ ਐਜੂਕੇਸ਼ਨ ਨੂੰ ਆ ਰਿਹਾ ਮੈਨੂੰ ਕਾਲ ਤੇ ਡਿਪਟੀ ਡੀ ਓ ਇਹ ਆਪੇ ਕਾਰਵਾਈ ਕਰਨਗੇ, ਨਹੀਂ ਕਰਨਗੇ ਵਿਧਾਨ ਸਭਾ ਦੇ ਵਿੱਚ ਪੁੱਛੂੰਗਾ, ਜਵਾਬ ਤਲਬੀ ਤਾਂ ਕਰੂੰਗਾ ਨਾ ਵੀ ਆਓ ਵੀ ਕੀ ਕਾਰਵਾਈ ਕੀਤੀ। ਬਿਲਕੁਲ ਬਿਲਕੁਲ ਓਕੇ। ਤੂੰ ਇੱਧਰ ਆ ਬੇਟਾ, ਕੰਪਲੇਂਟ ਮੇਰੇ ਕੋਲ ਆ। ਕਿੱਥੇ ਹੈਗਾ ਰਣਜੀਤ? ਇੱਥੋਂ ਚੱਲ ਰਿਹਾ ਜੀ। ਹਾਂਜੀ ਭਾਜੀ, ਤੁਹਾਡੇ ਪੇਜ ਤੋਂ ਹੀ ਲਾਈਵ ਚੱਲ ਰਿਹਾ। ਆ ਬੇਟਾ ਇੱਧਰ ਆ। ਕੀ ਨਾਮ ਤੁਹਾਡੀ? ਅਕੈਡਮੀ ਦਾ ਜੀਪੀਐਲ ਅਕੈਡਮੀ। ਜੀਪੀਐਲ ਅਕੈਡਮੀ ਇੱਧਰ ਆ ਤੁਸੀਂ। ਮੈਨੂੰ ਪੈਸੇ ਫੜਾਓ। ਕਿੱਥੇ? 70,000 ਤੇ ਜਿਹੜੀਆਂ ਫੋਟੋ ਸਟੇਟਾਂ ਪੈਸੇ ਤੇ ਉਹ ਲੋਡ ਦੇ ਦਿਓ ਮੈਨੂੰ, ਆ ਫੋਟੋ ਸਟੇਟਾਂ ਦੇ ਲਿਓ। ਇੱਧਰ ਆ ਬੱਚੂ ਤੂੰ ਵੀ। ਅਮਿਤ ਕੀ ਨਾਂ ਤੁਹਾਡਾ? ਜਸਪ੍ਰੀਤ। ਇੱਥੇ ਆ ਮੇਰੇ ਕੋਲ, ਛੱਡ ਦਿਓ ਕੋਈ ਨਹੀਂ, ਬਸ ਇਹਦਾ ਕੰਮ ਜਿੰਨਾ ਹੋਣਾ ਸੀ ਕਰ ਲਿਆ, ਇਹਦਾ ਡੋਕਾ ਥੋੜ੍ਹੀ ਹੁਣ। ਦੋਸਤੋ ਤੁਸੀਂ ਸਾਰਾ ਕੁਛ ਦੇਖਿਆ, ਪੰਜਾਬ ਦੇ ਅੰਦਰ 0% ਟੋਲਰੈਂਸ ਔਨ ਕਰਪਸ਼ਨ ਅਤੇ ਕਰਪਸ਼ਨ ਦੇ ਹਾਲਾਤ ਕੈਸੇ ਆ, ਗਰੀਬ ਆਦਮੀ ਕਿੱਥੇ ਜਾਏਗਾ? ਜਸਪ੍ਰੀਤ, ਜਸਪ੍ਰੀਤ ਦੇ ਭਾਬੀ ਜੀ ਇੱਕ ਸਕੂਲ ਚਲਾਉਂਦੇ ਆ ਪਖਵਾਲ ਰੋਡ ਦੇ ਉੱਤੇ, ਜਿਹਦੇ ਵਿੱਚ 107 ਦੇ ਗਰੀਬ ਬੱਚੇ ਆ, ਐਂਡ ਜਿਹਦੇ 'ਚੋਂ 20-22 ਬੱਚੇ ਗਰੀਬ ਦੇ ਫ੍ਰੀ ਪੜ੍ਹ ਰਹੇ, ਮਤਲਬ ਬਹੁਤ ਛੋਟਾ ਜਿਹਾ ਸਕੂਲ ਹੈ। ਡੀਓ ਮਹਿਕਮਾ, ਡੀਓ ਡਿਪਟੀ ਡੀਓ ਮਿਸਟਰ ਕੁਲਦੀਪ ਸਿੰਘ, ਆਪਣਾ ਇੱਕ ਫੇਕ ਕੋਈ ਪੱਤਰਕਾਰ ਰੱਖਿਆ ਹੋਇਆ ਜਿਹਦੇ ਤੋਂ ਕੰਪਲੇਂਟਾਂ ਕਰਾਉਂਦੇ ਆ, ਸ਼ਿਕਾਇਤਾਂ ਝੂਠੀਆਂ ਇਹਨਾਂ ਦੇ ਸਕੂਲ ਦੀ। GPL ਸਕੂਲ ਦਾ ਨਾਮ ਹੈਗਾ, ਉਹਦੀ ਝੂਠੀ ਕੰਪਲੇਂਟ ਉਸ ਜਾਲੀ ਪੱਤਰਕਾਰ ਤੋਂ ਕਰਵਾਈ ਅਤੇ ਉਸ ਕੰਪਲੇਂਟ ਨੂੰ ਫਾਈਲ ਕਰਨ ਦਾ ਪਹਿਲਾਂ 50,000 ਰੁਪਈਆ ਵੋਟਾਂ ਆ ਗਈਆਂ ਨਗਰ ਨਿਗਮ ਦੀਆਂ। ਦੋਸਤ ਮੇਰੇ ਕੋਲ ਆਇਆ ਵੀ ਮੇਰੇ ਕੋਲ 50,000 ਰੁਪਈਆ ਮੰਗਦੇ ਆ, ਮੈਂ ਬਿਜ਼ੀ ਹੋਣ ਕਾਰਨ ਇਹਦਾ ਕੰਮ, ਇਹਨੂੰ ਕਿਹਾ ਵੀ ਰੁਕ ਜਾ 15-20 ਦਿਨ, ਅਤੇ ਨਾਲ ਜਦੋਂ ਹੁਣ ਕੱਲ੍ਹ ਇਹ ਵਾਪਸ ਦੁਬਾਰਾ ਆਇਆ 50,000 ਰੁਪਈਆ ਕਹਿਣ ਵਾਸਤੇ, ਕਹਿੰਦੇ ਨਹੀਂ 50 ਨਹੀਂ ਹੁਣ 20,000 ਰੁਪਈਆ ਨਾਲ ਫੀਸ ਲੇਟ ਲੱਗਣੀ ਆ, ਲੇਟ ਫੀਸ, ਰਿਸ਼ਵਤ ਲੇਟ ਹੋ ਗਈ ਅਤੇ ਨਾਲ 20,000 ਰੁਪਈਆ ਲੇਟ ਫੀਸ। ਅਤੇ ਅਸੀਂ ਅੱਜ ਆ 70,000 ਰੁਪਈਆ ਜਿਹਦੀਆਂ ਅਸੀਂ ਆ ਫੋਟੋ ਸਟੇਟਾਂ ਪਹਿਲਾਂ ਕਰਾਈਆਂ, ਕਲਰਡ ਫੋਨ 'ਤੇ ਵੀ ਹੈਗੀਆਂ, ਅਤੇ 70,000 ਰੁਪਈਆ ਇਹ ਮਨੀ ਕੁਲੈਕਟਰ ਰੱਖਿਆ ਹੋਇਆ ਡਿਪਟੀ ਡੀ ਓ ਕੁਲਦੀਪ ਸਿੰਘ ਹੋਰਾਂ ਨੇ, ਅਤੇ LA ਜਿਹੜੇ ਹੈਗੇ ਆ ਲੀਗਲ ਐਡਵਾਈਜ਼ਰ ਹਰਵਿੰਦਰ ਸਿੰਘ ਹੋਰਾਂ ਨੇ, ਹਰੇਕ ਮਹਿਕਮੇ ਦੇ ਵਿੱਚ ਦੋਸਤੋ ਇਹਨਾਂ ਨੇ MC ਰੱਖੇ ਹੋਏ, MC ਫੁੱਲ ਫਾਰਮ ਕਹਿ ਦਈਏ, ਅਤੇ ਮਨੀ ਕੁਲੈਕਟਰ, ਆਪ ਨਹੀਂ ਪੈਸੇ ਫੜਦੇ, ਵੱਡੇ ਤੋਂ ਵੱਡਾ ਅਫਸਰ ਰਿਸ਼ਵਤਖੋਰ, ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਆ, ਮੈਕਸੀਮਮ ਰਿਸ਼ਵਤਖੋਰ, ਅਤੇ ਗਾਂ ਛੋਟੇ ਮੁਲਾਜ਼ਮ ਜਿਹੜੇ ਇਹਨਾਂ ਨੇ ਮਨੀ ਕੁਲੈਕਟਰ ਰੱਖੇ। ਇਹਦਾ ਨਾਂ ਹੈਗਾ ਦੋਸਤ ਦਾ ਅਮਿਤ ਮਿੱਤਲ। ਇਹ ਅਮਿਤ ਮਿੱਤਲ ਜੀ ਨੇ 70,000 ਰੁਪਈਆ ਜਸਪ੍ਰੀਤ ਕੋਲੋਂ ਲਿਆ ਅਤੇ ਅਸੀਂ ਬਾਹਰ ਰੋਡ ਦੇ ਉੱਤੇ ਜਾ ਕੇ ਲਿਆ, ਅਤੇ ਇਹਦੇ ਜਸਪ੍ਰੀਤ ਦੇ ਟੈਲੀਫੋਨ ਵਗੈਰਾ ਸਾਰੇ ਗੱਡੀ 'ਚ ਰਖਾਤੇ ਵੀ ਕੋਈ ਇਹਦੇ ਕੋਲ ਸਬੂਤ ਪਰੂਫ ਨਾ ਰਵੇ। ਜਸਪ੍ਰੀਤ ਦੇ ਕੋਲ ਇਹਦੀ ਇੱਕ ਇੱਕ ਰਿਕਾਰਡਿੰਗ ਹੈਗੀ ਆ ਟੈਲੀਫੋਨ ਦੀ, ਇੱਕ ਇੱਕ ਗੱਲ ਰਿਕਾਰਡ ਕੀਤੀ ਹੋਈ ਹੈ। ਅੱਜ ਵੀ ਜਿਹੜਾ ਫੋਨ ਚਾਹੇ ਇਹਦੇ ਬਾਹਰ ਰਖਾਤੇ, ਅਸੀਂ ਜਸਪ੍ਰੀਤ ਦੀ ਜੇਬ ਦੇ ਵਿੱਚ ਇੱਕ ਡੱਬੀ ਪਾਈ ਸੀ ਜਿਹੜੀ ਮੇਰੇ ਫੋਨ ਨਾਲ ਅਟੈਚ ਆ, ਇਹਨਾਂ ਦੋਨਾਂ ਦੀ ਤੁਰੇ ਜਾਂਦਿਆਂ ਦੀ ਜੋ ਗੱਲ ਹੁੰਦੀ ਉਹ ਵੀ ਮੇਰੇ ਕੋਲ ਰਿਕਾਰਡਡ ਆ। ਅਤੇ ਆ 70,000 ਰੁਪਈਆ ਜਦੋਂ ਸਾਹਿਬ ਨੇ ਜੇਬ 'ਚ ਪਾਇਆ ਅਤੇ ਅਸੀਂ ਜਾ ਕੇ ਰਿਸਪੈਕਟਫੁੱਲੀ ਸਾਹਿਬ ਦੇ ਕੋਲੋਂ 70,000 ਵਾਪਸ ਲੈ ਲਿਆ ਵੀ ਸਾਰੇ ਪੈਸੇ ਸਾਡੇ ਆ, ਕਿਰਪਾ ਕਰੋ ਇਹ ਪੈਸੇ ਵਾਪਸ ਕਰ ਦਿਓ। ਇਹ 0% ਟੋਲਰੈਂਸ ਔਨ ਕਰਪਸ਼ਨ ਹੈਗਾ। ਇੱਕ ਗਰੀਬ ਦੋਸਤੋ ਜਾਊਗਾ ਕਿੱਥੇ, ਜਿਹਦੀ ਤਨਖਾਹ 8,000 ਰੁਪਈਆ, ਕੋਈ ਕੰਮ ਕਰਾਉਣ ਜਾਂਦਾ 10,000 ਰੁਪਈਆ ਰਿਸ਼ਵਤ, ਉਹ ਕਿੱਥੋਂ ਜਵਾਕਾਂ ਦੀ ਫੀਸ ਦਊਗਾ ਅਤੇ ਕਿੱਥੋਂ ਰਾਸ਼ਨ ਪਾਣੀ ਦਾ ਬੰਦੋਬਸਤ ਕਰੂਗਾ? ਬੜੀਆਂ ਵੱਡੀਆਂ ਵੱਡੀਆਂ ਡੀਂਗਾਂ ਮਾਰਦੀਆਂ ਸਰਕਾਰਾਂ, ਵੱਡੇ ਵੱਡੇ ਲੀਡਰ ਬੜੀਆਂ ਡੀਂਗਾਂ ਮਾਰਦੇ ਆ, ਕਦੇ ਕਿਸੇ ਨੇ ਜਿਹੜਾ
ਅੰਨੇ ਵਾਹ ਲੁੱਟ ਹੋ ਰਹੀ ਹੈ ਲੋਕਾਂ ਦੀ ਸਰਕਾਰੀ ਦਫ਼ਤਰਾਂ ਦੇ ਵਿੱਚ, ਉਹਦੇ ਪਾਸੇ ਕਿਸੇ ਨੇ ਧਿਆਨ ਨਹੀਂ ਕੀਤਾ ਕਿਉਂਕਿ ਨੈਕਸਸ ਬਣਿਆ ਹੋਇਆ, ਇਹ ਸੰਗਠਨ ਬਣਿਆ ਹੋਇਆ ਉੱਚ ਪਦਵੀਆਂ 'ਤੇ ਬਿਰਾਜਮਾਨ ਰਾਜਨੀਤਿਕ ਲੀਡਰ ਅਤੇ ਬਿਊਰੋਕਰੇਸੀ ਸਰਕਾਰੀ ਮੁਲਾਜ਼ਮਤ। ਸੋ ਦੋਸਤੋ, ਇਹ ਨੈਕਸਸ ਤੋੜਨ ਦਾ ਇੱਕ ਤੁਹਾਡੀ ਕਿਰਪਾ, ਤੁਹਾਡਾ ਸਪੋਰਟ ਹੈਗੀ ਆ, ਯਤਨ ਜ਼ਰੂਰ ਕਰਦੇ ਹਾਂ। ਕਿਸੇ ਨੇ ਇੱਕ ਜੰਗਲ ਦੇ ਵਿੱਚ ਅੱਗ ਲੱਗ ਗਈ ਅਤੇ ਇੱਕ ਚਿੜੀ ਉਸ ਜੰਗਲ ਦੇ ਵਿੱਚ ਸੀ, ਜਦੋਂ ਅੱਗ ਲੱਗੀ ਅਤੇ ਉਹ ਸਮੁੰਦਰ ਦੇ ਵਿੱਚੋਂ ਚੁੰਝ ਭਰ ਕੇ ਜੰਗਲ ਦੀ ਅੱਗ ਦੇ ਉੱਤੇ ਪਾਣੀ ਸੁੱਟਣ ਲੱਗ ਗਈ। ਕੋਈ ਬੁੱਧੀਮਾਨ ਦੋਸਤ ਉਹਨੂੰ ਕਹਿਣ ਲੱਗਾ, ਚਿੜੀਏ ਕੀ ਕਮਲ ਪੁੱਟੀ ਜਾਂਦੀ ਹੈ, ਤੇਰੀ ਇਸ ਚੁੰਝ ਭਰ ਕੇ ਪਾਣੀ ਸੁੱਟਣ ਅੱਗ ਨਹੀਂ ਬੁੱਝਣ ਲੱਗੀ। ਅਤੇ ਉਸ ਚਿੜੀ ਨੇ ਕੀ ਕਿਹਾ ਕਿ ਮੈਂ ਜਦੋਂ ਹਿਸਟਰੀ ਲਿਖੀ ਜਾਣੀ ਹੈ ਨਾ, ਇਤਿਹਾਸ ਲਿਖਿਆ ਜਾਣਾ, ਅਤੇ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਦੀ ਲਿਸਟ ਦੇ ਵਿੱਚ ਆਏਗਾ। ਦੋਸਤੋ, ਅਸੀਂ ਉਹ ਹਾਂ, ਗਿਣਤੀ ਦੇ ਵਿੱਚ ਥੋੜ੍ਹੇ ਹਾਂ ਅਸੀਂ, ਪਰ ਸਾਡਾ ਨਿਸ਼ਚਾ ਜ਼ਰੂਰ ਹੈ ਕਿ ਇਹ ਸਾਡਾ ਧੰਦਾ ਨਹੀਂ ਹੈਗਾ, ਸਾਡੇ ਲਈ ਦੇਸ਼ ਭਗਤੀ ਹੈ। ਜੇ ਕੋਈ ਗਰੀਬ ਨੂੰ ਕੋਈ ਬੇਈਮਾਨ ਲੁੱਟੇਗਾ ਤਾਂ ਇਨਕਲਾਬ ਜ਼ਿੰਦਾਬਾਦ ਜ਼ਰੂਰ ਬੋਲਣ ਜਾਵਾਂਗੇ। ਸੋ ਮੈਂ ਜਸਪ੍ਰੀਤ ਦਾ ਰਿਣੀ ਆ, ਧੰਨਵਾਦ ਕਰਦਾ ਵੀ ਰੇਅਰ ਬੰਦੇ ਹੈਗੇ ਆ, ਬੜੇ ਘੱਟ ਗਿਣਤੀ ਦੇ ਵਿੱਚ ਬੰਦੇ ਆ ਜਿਹੜੇ ਜਿਗਰਾ ਕਰਦੇ ਆ, ਜਿਹੜੇ ਆ ਕੇ ਦੱਸਦੇ ਆ ਵੀ ਫਲਾਨਾ ਅਫਸਰ ਸਾਡੇ ਕੋਲੋਂ ਪੈਸੇ ਮੰਗਦਾ, ਨਹੀਂ ਤਾਂ ਅਫਸਰਾਂ ਨੇ ਦਵਾਈ ਇੰਨੇ ਹੋਏ ਆ, ਕਿਸੇ ਦੀ ਕਿਤੇ ਸੁਣਵਾਈ ਹੈ ਨਹੀਂ ਗੀ। ਇਹੀ ਗੱਲ ਜੇ ਕਿਤੇ ਕੰਪਲੇਂਟ ਕੀਤੀ ਹੁੰਦੀ, ਲੈ ਇਹ ਕੰਪਲੇਂਟ ਐਨ ਚੰਗੀ ਤਰ੍ਹਾਂ ਟਾਈਟ ਹੋ ਕੇ ਕਿਤੇ ਨਾ ਕਿਤੇ ਧੂੜ ਦੇ ਵਿੱਚ ਰੱਦੀ ਦੀ ਟੋਕਰੀ 'ਚ ਸੁੱਟਣੀ ਸੀ ਇਹਨਾਂ ਨੇ। ਸੋ ਮੈਂ ਕ੍ਰਿਸ਼ਨ ਕੁਮਾਰ ਜੀ, ਜਿਹੜੇ ਸਾਡੇ ਸੈਕਟਰੀ ਐਜੂਕੇਸ਼ਨ, ਉਹਨਾਂ ਨਾਲ ਟੈਲੀਫੋਨ 'ਤੇ ਰਾਬਤਾ ਕਰਨ ਦਾ ਯਤਨ ਕੀਤਾ, ਉਹ ਫੋਨ 'ਤੇ ਨਹੀਂ ਆਏ, ਮੈਸੇਜ ਲਾਇਆ, ਪਰ ਮੈਂ ਇਹ ਜ਼ਰੂਰ ਇਨਸ਼ੋਰ ਕਰਦਾ ਕਿ ਪੰਜਾਬ ਦੇ ਵਿੱਚ ਜਿੱਥੇ ਤੁਹਾਡੇ ਨਾਲ ਕੋਈ ਬੇਈਮਾਨ ਅਫਸਰ ਠੱਗੀ ਠੋਰੀ ਬੇਈਮਾਨੀ ਕਰੇ, ਦੋਸਤੋ ਦੱਸਿਓ ਜ਼ਰੂਰ ਮੈਨੂੰ, ਜਿੰਨੇ ਜੋਗੇ ਆ ਤੁਹਾਡੇ ਲਈ ਹਮੇਸ਼ਾ ਹਾਜ਼ਰ ਰਵਾਂਗੇ। ਇਨਕਲਾਬ ਜ਼ਿੰਦਾਬਾਦ। ਹੈਲੋ ਖਾਲਸਾ ਜੀ, ਸਭ ਕਰੋ ਡੈਰੀ।